ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਦੇ ਸਾਂਝੇ ਆਪਰੇਸ਼ਨ ਦੌਰਾਨ ਫਿਰੋਜ਼ਪੁਰ ਦਾ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਵਾਸੀ ਸ਼ਾਂਤੀਨਗਰ ਫਿਰੋਜ਼ਪੁਰ ਨੂੰ ਸਮੇਤ ਗੱਡੀ ਟਾਟਾ ਸਵਾਰੀ, ਇੱਕ ਰਿਵਾਲਵਰ, 32 ਬੋਰ ਸਮੇਤ ਜ਼ਿੰਦਾ 3 ਅਤੇ 2 ਖੋਲ ਕਾਰਤੂਸ 32 ਬੋਰ ਕਾਬੂ ਕਰ ਲਿਆ ਗਿਆ। ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਵੱਖ ਵੱਖ ਧਾਰਾਵਾਂ ਹੇਠ 20 ਮੁਕੱਦਮੇ ਦਰਜ ਨੇ। ਨਵੇਂ ਸਾਲ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ। ਵਿੱਕੀ ਸੈਮੂਅਲ ਨਾਂ ਦਾ ਗੈਂਗਸਟਰ ਜੋ ਪਿਛਲੇ 20 ਮੁਕੱਦਮੇ ਦਰਜ ਨੇ ਵੀ ਬਾਈ ਉਹਦੇ 'ਤੇ ਫਿਰੋਜ਼ਪੁਰ ਦੇ, ਪਲੱਸ ਉਸਨੇ 2 ਮਹੀਨੇ ਪਹਿਲਾਂ ਇੱਕ ਕੈਂਟ ਥਾਣੇ ਦੇ ਕੋਲ ਡਬਲ ਮਰਡਰ ਕੀਤਾ, ਸ਼ਰਿਆਮ ਮਤਲਬ ਡਬਲ ਮਰਡਰ ਕਰਕੇ, ਔਰ ਉਸਨੇ ਫੇਸਬੁੱਕ ਦੇ ਉੱਪਰ ਇਸ ਨੂੰ ਕਨਫੈਸ਼ਨ ਕੀਤੀ ਕਿ ਜਿਹੜਾ ਮੇਰੇ ਖਿਲਾਫ ਚੱਲੂਗਾ ਉਹਦਾ ਇਲਜ਼ਾਮ ਜਿਹੜਾ ਇਲਜ਼ਾਮ ਮਰਡਰ ਹੋਊਗਾ। ਇਹ ਮਰਡਰ ਕਰਕੇ 2 ਬੰਦਿਆਂ ਦਾ, ਇਹ ਬੰਦਾ ਫੌੜਾ ਸੀਗਾ ਵਿੱਕੀ ਸੈਮੂਅਲ, ਇਹ ਗੈਂਗਸਟਰ ਹੈ, ਔਰ ਇਸ ਨੂੰ ਪੁਲਿਸ ਪਾਰਟੀ ਨੇ ਇੱਕ ਚੈਲੇਂਜ ਸਮਝਦਿਆਂ ਹੋਇਆ ਫਿਰੋਜ਼ਪੁਰ ਪੁਲਿਸ ਨੇ SFC ਸਾਹਿਬ ਪ੍ਰੀਤਮ ਸਿੰਘ, ਇਹਨਾਂ ਦੀ ਰਹਿਨੁਮਾਈ ਥੱਲੇ SPD ਸਾਡੇ ਸਾਹਿਬ ਬਲਜੀਤ ਸਿੰਘ, ਆਪਣੇ ਇੰਸਪੈਕਟਰ ਸਾਹਿਬ ਨੇ ਤਲੋਚਨ ਸਿੰਘ, ਪਲੱਸ ਕਾਊਂਟਰ ਇੰਟੈਲੀਜੈਂਸ ਵਿੰਗ ਸਾਡੀ ਪੰਜਾਬ ਦੀ, ਉਹਨਾਂ ਦੇ ਟੈਕਨੀਕਲ ਸੈੱਲ, ਸੋ ਜੁਆਇੰਟ ਆਪਰੇਸ਼ਨ ਦੇ ਦੌਰਾਨ ਇਸ ਗੈਂਗਸਟਰ ਨੂੰ ਅਸੀਂ ਯੂ ਆਰ ਫੋਲੋਇੰਗ ਹਿਮ ਐਂਡ ਅਲਟੀਮੇਟਲੀ ਇਹ ਸਾਡੇ ਇਲਾਕੇ ਦੇ ਦੌਰਾਨ ਸਾਡੇ ਕਾਬੂ ਆ ਗਿਆ। ਜਿਸ ਕੋਲੋਂ ਇੱਕ ਟਾਟਾ ਸਵਾਰੀ ਔਰ 32 ਬੋਰ ਦਾ ਰਿਵਾਲਵਰ ਹੈ, ਜਿਹਦੇ ਰਾਹੀਂ ਇਹਨੇ ਮਰਡਰ ਕੀਤੇ ਤੁਹਾਨੂੰ ਉਹ ਮਿਲ ਗਿਆ, ਔਰ ਇਹਨੇ ਕੰਫੈਸ ਵੀ ਕੀਤਾ ਕਿ ਅਸੀਂ 7 ਜਣਿਆਂ ਨੇ ਰਲ ਕੇ ਜਿਹੜਾ ਡਬਲ ਮਰਡਰ ਕੀਤਾ ਸੀ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ, ਪਹਿਲਾਂ ਮੀਡੀਆ ਨੇ ਰਿਪੋਰਟ ਹੋ ਗਿਆ ਸੀ ਕਿ ਇਸਦੀ ਫੇਸਬੁੱਕ ਦੇ ਉੱਪਰ ਹੀ ਇਹਨੇ ਆਪ ਹੀ ਮੰਨ ਲਿਆ ਕਿ ਜੱਗਾ ਜਗਸੀਰ ਜੱਗਾ ਜਿਹੜਾ ਕਿ NDPSA ਵਿੱਚ ਕਨੈਕਟ ਸੀਗਾ, ਫਿਰੋਜ਼ਪੁਰ ਜੇਲ੍ਹ 'ਚ ਬੰਦ ਸੀ। ਵਿੱਕੀ ਸੈਮੂਅਲ ਵੀ ਕਿਸੇ ਹੋਰ ਕੇਸ ਜਿਹੜੇ 20 ਮੁਕੱਦਮੇ ਦੇ ਦਰਜ ਹੈਗੇ ਆ, ਜੇਲ੍ਹ ਦੇ ਦੌਰਾਨ ਇਹਨਾਂ ਦੀ ਕੋਈ ਤਕਰਾਰ ਹੋਈ, ਛੋਟੀ ਮੋਟੀ ਤਕਰਾਰ ਦੇ ਦਰਾਇਰ ਨੇ, ਉਹ ਪੈਰੋਲ 'ਤੇ ਬਾਹਰ ਆਇਆ ਸੀ ਜੱਗਾ, ਇਸ ਦੀ ਜ਼ਮਾਨਤ ਹੋ ਗਈ। ਤੋ ਇਸ ਨੇ ਇਨਫੋਰਮੇਸ਼ਨ ਲੈ ਕੇ ਵੀ ਕਿਸੇ ਦੇ ਬਰਥਡੇ 'ਤੇ ਬੈਠਿਆ, ਉਹ ਫਿਰ ਰਾਤ ਨੂੰ 12 ਵਜੇ ਨਿਕਲਣਗੇ। ਇਹਨਾਂ ਨੇ 7 ਬੰਦਿਆਂ ਨੇ ਰਲ ਕੇ ਮਰਡਰ ਪਲੈਨ ਕੀਤਾ ਔਰ ਐਗਜੀਕਿਊਟ ਕੀਤਾ। 2 ਬੰਦੇ ਪਹਿਲਾਂ ਫੜੇ ਗਏ ਸੀ, ਰੈਸਟ ਪੈ ਗਈ ਸੀ, ਤੀਸਰਾ ਵਿੱਕੀ ਸੈਮੂਅਲ ਦਾ ਰੈਸਟ ਪੈ ਗਿਆ, 4 ਬੰਦੇ ਹੋਰ ਵਾਂਟਡ ਨੇ, ਉਹ ਕੰਫੈਸ ਕੀਤਾ ਇਹਨੇ ਸਾਡੇ ਕੋਲ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ। ਅਸੀਂ ਆ 4 ਬੰਦੇ ਹੋਰ ਸੀ ਜਿਹੜੇ ਪੁਲਿਸ ਨੂੰ ਵਾਂਟਡ ਹੈ, ਔਰ ਬਹੁਤ ਜਲਦ ਉਹ 4 ਬੰਦੇ ਵੀ ਪੁਲਿਸ ਦੀ ਗ੍ਰਿਫਤ ਵਿੱਚ ਆ ਜਾਣ। ਗ੍ਰਿਫਤਾਰ ਕੀਤਾ ਗਿਆ ਗੈਂਗਸਟਰ, ਕਿਹੜੇ ਗੈਂਗਸਟਰਾਂ ਨਾਲ ਇਸਦਾ ਸੰਬੰਧ ਨਹੀਂ? ਹਜੇ ਸਾਡੀ ਪੁੱਛਗਿੱਛ ਦਾ ਹਿੱਸਾ ਹੈ, ਬਟ ਇਹ ਸੁਖਪ੍ਰੀਤ ਬੁੱਢਾ ਗੈਂਗ ਦੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਅਤੇ ਬਾਕੀ ਇਸਦਾ ਕਿੰਨਾ ਕੰਟੈਕਟ ਹੋਇਆ ਔਰ 2 ਮਹੀਨੇ ਜਿਹੜਾ ਇਹ ਪਕੌੜਾ ਰਿਹਾ, ਉਸ ਦੌਰਾਨ ਇਹ ਕਿੱਥੇ ਕਿੱਥੇ ਠਹਿਰਾ ਸੀ ਇਹਦੀਆਂ, ਜਾਂ ਇਹਨੇ ਕੋਈ ਕ੍ਰਾਈਮ ਵੀ ਕੀਤਾ, ਉਹ ਡਿਟੇਲ ਵਿਸ਼ਾ ਜਿਹੜਾ ਉਹ ਅਸੀਂ ਹੁਣ ਨਹੀਂ ਦੱਸ ਸਕਦੇ, ਬਿਕੋਜ਼ ਇਹਦਾ ਅਸੀਂ ਪੁਲਿਸ ਸਮਾਨ ਲੈ ਕੇ ਫਰਦਰ ਪੁੱਛ ਕਿਸ ਚੋਂ ਬਾਹਰ ਆਏਗਾ ਕਿ ਚੱਲ ਸਕਦੇ ਹਾਂ ਜੀ ਵੀ ਇਹ ਮਤਲਬ ਕਿ ਜਿਹੜੇ ਦੂਜੇ ਗੈਂਗਸਟਰ ਸੀ ਦੇ ਨਾਲ ਮਤਲਬ ਕਿ ਇਹ ਟਾਈਪ ਹੋ ਚੁੱਕਾ ਸੀਗਾ, ਬੇਲ ਵਾਲਾ ਹੋ ਚੁੱਕਾ ਨਹੀਂ? ਅਜੇ ਸਾਨੂੰ ਲਿੰਕੇਜਸ ਨਜ਼ਰ ਆਈਆਂ ਨੇ ਕਿ ਇਹਨਾਂ ਨੇ ਰਲ ਕੇ ਕੋਈ ਕ੍ਰਾਈਮ ਕੀਤਾ, ਉਸੇ ਬਾਰੇ ਐਵੀਡੈਂਸ ਜਿਹੜਾ ਪੁੱਛਗਿੱਛ ਦੇ ਦੌਰਾਨ ਨਿਕਲੇਗਾ। ਸਰ, ਜੱਗੇ ਦੇ ਨਾਲ ਇਹਦੀ ਦੁਸ਼ਮਣੀ ਕਿੱਥੋਂ ਸ਼ੁਰੂ ਹੋਈ ਸੀ? ਜੇਲ੍ਹ ਦੇ ਵਿੱਚ ਝੜਪ ਹੋਈ ਸੀ ਜਾਂ ਕਿਸ ਤਰ੍ਹਾਂ ਦੀਆਂ, ਕਿਸ ਲੈ ਕੇ ਹੋਇਆ ਸੀ? ਇਸ ਨੇ ਆਪ ਹੀ ਮੰਨਿਆ ਕਿ ਜੇਲ੍ਹ ਦੇ ਦੌਰਾਨ ਸਾਡੀ ਝੜਪ ਹੋਈ ਹੈ, ਅਤੇ ਉਹ ਝੜਪ ਇਹਨਾਂ ਦੀ ਇਸ ਲੈਵਲ 'ਤੇ ਚਲੀ ਗਈ ਕਿ ਜਦੋਂ ਇਹ ਦੋਨੋਂ ਬਾਹਰ ਆਏ, ਇਸਨੇ ਪਲੈਨ ਕੀਤਾ ਕਿ ਮੈਂ ਜੱਗੇ ਨੂੰ ਜਾਂ ਦੇ ਸਾਥੀਆਂ ਨੂੰ ਮਤਲਬ ਮੌਤ ਦੇ ਘਾਟ ਉਤਾਰ ਦੇਣਾ। ਔਰ ਜਿਹੜੀ ਹੋਰ ਚੀਜ਼ ਸਾਹਮਣੇ ਆਈ ਹੈ ਕਿ ਇਸਦਾ ਜਿਹੜਾ ਫੇਸਬੁੱਕ ਉੱਪਰ ਕਨਫੈਸ਼ਨ ਹੈ, ਉਹਨੂੰ ਅਸੀਂ ਬਣਾਵਾਂਗੇ ਆਪਣੀ ਪਾਰਟ ਆਫ ਇਨਵੈਸਟੀਗੇਸ਼ਨ। ਜਦੋਂ ਇਹਦੀ ਚਾਰਜਸ਼ੀਟ ਸਬਮਿਟ ਹੋਏਗੀ, ਮੈਂ ਸਮਝਦਾ ਕਿ ਡਬਲ ਮਰਡਰ ਦੇ ਵਿੱਚ ਇਹਦੀ ਕਨਵਿਕਸ਼ਨ ਜਿਹੜੀ ਹੈ, ਇਟ ਇਜ਼ ਵਨ ਆਫ ਦੀ ਰੇਅਰੈਸਟ ਕ੍ਰਾਈਮ ਕਿ 2 ਬੰਦਿਆਂ ਨੂੰ ਇਹਨੇ ਜਨਮ ਦਿਨ ਤੋਂ ਉੱਪਰ ਵਾਪਸ ਆਉਂਦਿਆਂ ਨੂੰ ਮਰਡਰ ਕੀਤਾ, ਇਸ ਕਨਵਿਕਸ਼ਨ ਦੇ ਵਿੱਚ ਉਹ ਐਵੀਡੈਂਸ ਸਾਨੂੰ ਬਹੁਤ ਹੈਲਪਫੁਲ ਸਾਬਤ ਹੋਏਗਾ। ਸਰ, ਜੋ ਸੁਖਪ੍ਰੀਤ ਬੁੱਢਾ ਜਿਹੜਾ ਗੈਂਗਸਟਰ ਹੈਗਾ ਜੀ, ਸਰ ਉਹ ਕਿੱਡਾ ਵੱਡਾ ਚੈਲੰਜ ਹੈ ਇਸ ਟਾਈਮ ਪੰਜਾਬ ਦੇ ਵਿੱਚ ਜਾਂ ਪੁਲਿਸ ਦੇ ਵਿੱਚ? ਸੁਖਪ੍ਰੀਤ ਬੁੱਢਾ ਇਜ਼ ਅ ਵੈਰੀ ਇੰਪੋਰਟੈਂਟ ਕੈਟੇਗਰੀ ਹੈ ਗੈਂਗਸਟਰ ਔਫ ਦਿਸ ਏਰੀਆ। ਇਸਨੇ ਮੋਗਾ, ਫਰੀਦਕੋਟ, ਫਿਰੋਜ਼ਪੁਰ ਔਰ ਜਗਰਾਉਂ ਦੇ ਏਰੀਏ 'ਚ ਓਪਰੇਸ਼ਨਲ ਹੈਗਾ, ਔਰ ਸਾਡੀਆਂ ਸਪੈਸ਼ਲ ਟੀਮਾਂ ਉਹਦੇ ਮਗਰ ਲੱਗੀਆਂ ਹੋਈਆਂ। ਪਿੱਛੇ ਇੱਕ ਵਾਰਦਾਤ ਮੋਗਾ ਡਿਸਟ੍ਰਿਕਟ 'ਚ ਸਾਨੂੰ ਰਿਪੋਰਟ ਕੀਆਂ, ਉਹਦੇ 'ਤੇ ਬਾਈ ਨੇ ਪਰਚਾ ਵੀ ਦਰਜ ਕੀਤਾ ਮਰਡਰ ਦਾ। ਵਿੱਕੀ ਦੀ ਗ੍ਰਿਫਤਾਰੀ ਦੇ ਇੱਕ ਨਾਕਾ ਪੁਆਇੰਟ ਪੁਲਿਸ ਪਾਰਟੀ ਨੇ ਅਰੈਸਟ ਕੀਤਾ ਇਸ ਨੂੰ ਫਿਰੋਜ਼ਪੁਰ ਜ਼ਿਲ੍ਹੇ 'ਚੋਂ। ਔਰ ਡੈਫੀਨੇਟਲੀ ਇੱਕ ਗੈਂਗਸਟਰ, ਗੈਂਗਸਟਰ ਨਾਲ ਲਿਖੇਜਸ ਹੁੰਦੀਆਂ ਨੇ, ਅਤੇ ਮੈਂ ਸਮਝਦਾ ਕਿ ਸਾਨੂੰ ਅੱਛੇ ਕਲੂਜ਼ ਮਿਲਣਗੇ ਜਿਹੜੀਆਂ ਫਰਦਰ ਸਾਨੂੰ ਹੋਰ ਗੈਂਗਸਟਰਸ ਨੂੰ ਅਰੈਸਟ ਕਰਨ ਦੇ ਵਿੱਚ ਵੀ ਹੈਲਪਫੁਲ ਸਾਬਤ ਹੋਣਗੀਆਂ। ਸਰ, ਵੱਡੀ ਵਾਰਤਾਂ ਨੂੰ ਕੋਈ ਅੰਜਾਮ ਦੇ ਸਕਦੇ ਸੀ ਵੀ ਬੁੱਢਾ ਨਾਲ ਰਲ ਕੇ, ਜਿਵੇਂ ਇਹਨਾਂ ਕੋਲ ਹਥਿਆਰ ਵਗੈਰਾ ਮਿਲ ਗਏ? ਇੱਦਾਂ ਐਂਟੀਸਪੇਟ ਕਰਨਾ ਬੜਾ ਡਿਫੀਕਲਟ ਹੈ। ਹੁਣ ਅਸੀਂ ਇਹਦਾ 7 ਦਿਨ ਦਾ ਪੁਲਿਸ ਸਮਾਨ ਲਵਾਂਗੇ, ਮਤਲਬ ਟੀਮਾਂ ਬਣਾ ਕੇ ਇੰਟੈਰੋਗੇਟ ਕਰਾਂਗੇ। ਈਵਨ ਮੈਂ ਸੀ ਇੰਸਪੈਕਟਰ ਮੋਗਾ, ਫਰੀਦਕੋਟ, ਜੁਆਇੰਟ ਟੀਮਸ ਬੈਠ ਕੇ ਇਸ ਨੂੰ ਇੰਟੈਰੋਗੇਟ ਕਰਨਗੀਆਂ ਸਾਡੀਆਂ ਅੰਡਰ ਦੀ ਸੁਪਰਵਿਜ਼ਨ ਸੀਨੀਅਰ ਅਫਸਰ, ਅਤੇ ਫਰਦਰ ਕਲੂਜ਼ ਬਣਨਗੇ
ਮੈਂ ਉਹਨੂੰ ਪਰਸਨਲੀ ਮੋਨੀਟਰ ਕਰਕੇ ਫਿਰ ਮੇਕ ਸ਼ੋਰ ਕਿ ਅਸੀਂ ਮਾਲਵੇ ਦੇ ਵਿੱਚ ਗੈਂਗਸਟਰਾਂ ਅਰੈਸਟ ਕਰਕੇ ਬਿਲਕੁਲ ਅਮਨ ਅਮਾਨ ਦਾ ਮਾਹੌਲ ਪੈਦਾ ਕਰ ਸਕੀਏ। ਥੈਂਕ ਯੂ ਸਰ। ਫਿਰੋਜ਼ਪੁਰ ਤੋਂ ਗੁਰਮੇਜ ਸਿੰਘ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।